ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਟੀਵੀ ਪੰਜਾਬ। ਗਿੱਦੜਬਾਹਾ ਹਲਕੇ ਦੇ ਵਿੱਚ ਅੱਜ ਸੀਐਮ ਭਗਵੰਤ ਮਾਨ ਦੇ ਵੱਲੋਂ ਪ੍ਰਚਾਰ ਕੀਤਾ ਗਿਆ ਹੈ ਤੇ ਉਹਨਾਂ ਦੇ ਨਾਲ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨਜ਼ਰ ਆਏ ਨੇ ਤੇ ਇਸ ਦੌਰਾਨ ਉਹਨਾਂ ਦੇ ਵੱਲੋਂ ਵਾਅਦੇ ਗਿੱਦੜਬਾਹਾ ਹਲਕੇ ਦੇ ਲੋਕਾਂ ਦੇ ਨਾਲ ਕੀਤੇ ਗਏ ਨੇ। ਸਟੇਡੀਅਮ ਬਣਾਉਣ ਦਾ ਵਾਅਦਾ ਹੋਵੇ ਜਾਂ ਫਿਰ ਸਿਵਲ ਹਸਪਤਾਲ ਨੂੰ ਅਪਗ੍ਰੇਡ ਕਰਨ ਦਾ ਵਾਅਦਾ ਹੋਵੇ, ਉਹਨਾਂ ਦੇ ਵੱਲੋਂ ਕਈ ਤਮਾਮ ਵਾਅਦੇ ਜਿਹੜੇ ਨੇ ਗਿੱਦੜਬਾਹਾ ਹਲਕਾ ਦੇ ਵਾਸੀਆਂ ਦੇ ਨਾਲ ਕੀਤੇ ਗਏ ਨੇ। ਦੱਸ ਦਈਏ ਕਿ ਜ਼ਿਮਨੀ ਚੋਣਾਂ ਦੇ ਵਿੱਚ ਹੁਣ 4 ਕੁ ਦਿਨ ਦੇ ਪ੍ਰਚਾਰ ਦਾ ਸਮਾਂ ਰਹਿ ਚੁੱਕਿਆ ਹੈ, 20 ਤਰੀਕ ਨੂੰ ਵੋਟਿੰਗ ਹੋਣੀ ਹੈ ਤਾਂ ਹਰ ਕੋਈ ਪਾਰਟੀ ਆਪਣੀ ਵਾਹ ਪ੍ਰਚਾਰ ਦੇ ਵਿੱਚ ਲਗਾ ਰਹੀ ਹੈ ਤੇ ਇਸੇ ਹੀ ਦੌਰਾਨ ਆਮ ਆਦਮੀ ਪਾਰਟੀ ਦੇ ਵੱਲੋਂ ਅੱਜ ਗਿੱਦੜਬਾਹਾ ਹਲਕੇ ਦੇ ਵਿੱਚ ਪ੍ਰਚਾਰ ਕੀਤਾ ਤੇ ਸੀਐਮ ਮਾਨ ਤੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਵੱਲੋਂ ਕੀ ਕੁਝ ਵਾਅਦੇ ਕੀਤੇ ਗਏ ਨੇ, ਆਓ ਸੁਣਦੇ ਹਾਂ। ਪਹਿਲਾਂ ਜਿਹੜੀ ਰਾਜਨੀਤੀ ਸੀ ਉਹ ਕੰਮਾਂ ਦੀ ਰਾਜਨੀਤੀ ਨਹੀਂ ਸੀ, ਹੁਣ ਹਰ ਪਾਰਟੀ ਇਹਨਾਂ ਨੇ ਆਪਦੇ ਮੈਨੀਫੈਸਟੋ 'ਚ ਸਕੂਲਾਂ ਦੀ ਗੱਲ ਕਰਨ ਲਾਤੀ, ਹਰ ਪਾਰਟੀ ਹਸਪਤਾਲਾਂ ਦੀ ਗੱਲ ਕਰਨ ਲਾਤੀ, ਹਰ ਪਾਰਟੀ ਬਿਜਲੀ ਦੀ ਗੱਲ ਕਰਨ ਲਾਤੀ, ਹਰ ਪਾਰਟੀ ਰੋਜ਼ਗਾਰ ਦੀ ਗੱਲ ਕਰਨ ਲੱਗਤੀ। ਪਹਿਲਾਂ ਕਰਦੇ ਨਹੀਂ ਸੀ, ਪਹਿਲਾਂ ਨਹੀਂ ਕਰਦੇ ਸੀ, ਐਂ ਸਰ ਜਾਂਦਾ ਸੀ। ਸੋ ਮੈਂ ਉਹਨਾਂ ਦਾ ਸਵਾਗਤ ਕਰਦਾ ਇੱਥੇ ਪਹੁੰਚਣ 'ਤੇ। ਸਾਡੀ ਕੈਬਨਿਟ ਬੈਠੀ ਹੈ, ਅਮਨ ਅਰੋੜਾ ਜੀ ਬੈਠੇ ਹੈ ਤਲਵੰਡੀ ਸਾਬੋ ਤੋਂ, ਸਾਡੇ ਪ੍ਰੋਫੈਸਰ ਬਲਜਿੰਦਰ ਕੌਰ ਜੀ ਬੈਠੇ ਨੇ, ਸਾਡੇ ਜਿੰਨੇ ਵੀ ਸਾਡੇ ਡਾਕਟਰ ਬਲਜੀਤ ਕੌਰ ਜੀ, ਸਾਡੇ ਜਿਹੜੇ ਮਿਨਿਸਟਰ ਨੇ ਔਰ ਖੇਤੀ ਮੰਤਰੀ ਸਾਹਿਬ ਬੈਠੇ ਨੇ, ਖੁੱਡੀਆਂ ਸਾਹਿਬ ਲਹਿਰਾ ਗਾਗਾ ਤੋਂ ਸਾਡੇ ਗੋਇਲ ਸਾਹਿਬ ਬੈਠੇ ਹੈ, ਨਾਲ ਲਾਡੀ ਢੋਸ ਧਰਮਕੋਟ ਤੋਂ MLA, ਮੌੜ ਤੋਂ MLA, ਉਹ ਜਗਰੂਪ ਗਿੱਲ ਜੀ ਬੈਠੇ ਲਾਲ ਪੱਗ ਵਾਲੇ, ਜਿਨ੍ਹਾਂ ਨੇ 64,000 ਤੇ ਮਨਪ੍ਰੀਤ ਬਾਦਲ ਮਾਂਜਿਆ ਬਠਿੰਡੇ ਤੋਂ, ਤਾਈਓ ਉਹਨੂੰ ਤੁਹਾਡੇ ਸੁਪਨੇ ਆਉਣ ਲੱਗ ਗਏ, ਮੈਨੂੰ ਗਿੱਦੜ ਇਹ ਬਾਏ ਵਾਲੇ ਬਣਾਉਂਦੇ ਰਿਹਾ, ਜੇ ਨਾ ਹਾਰ ਤਾਂ ਫਿਰ ਨਹੀਂ ਬੁਲਾਉਂਦੇ ਸੀ। ਸੋ ਇਸ ਕਰਕੇ ਸਾਰੇ ਸਾਡੇ MLA ਸਾਹਿਬਾਨ, ਦਾਈਆ ਸਾਹਿਬ, ਸਾਡੇ ਕੁਲਵੰਤ ਬਾਜੀ ਗਾ ਜੀ, ਵੀਰੋ ਟਾਈਮ ਦੀ ਕਮੀ ਹੈ, ਮੈਂ ਤਾਂ ਤੁਹਾਡੇ ਕੋਲ ਆਉਂਦੇ ਹੀ ਰਹਿਣਾ, ਮੈਂ ਤਾਂ ਪਿੰਡਾਂ 'ਚ ਵੀ ਜਾ ਕੇ ਆਇਆ, ਮੈਂ 3 ਵਾਰੀ ਇੱਥੇ ਵੀ ਆ ਗਿਆ। ਅੱਜ ਆਪਾਂ ਅਰਵਿੰਦ ਕੇਜਰੀਵਾਲ ਜੀ ਨੂੰ ਸੁਣਨਾ, ਪਰ ਮੈਂ ਇੱਕ ਤੋਂ ਬੇਨਤੀਆਂ ਕਰਨੀਆਂ ਨੇ ਕਿ ਅਸੀਂ ਹੁਣ ਬਰਨਾਲੇ ਤੋਂ ਆਇਆ, ਮੈਂ ਉੱਧਰ ਡੇਰਾ ਬਾਬਾ ਨਾਨਕ ਵੀ ਜਾ ਕੇ ਆਇਆ, ਮੈਂ ਚੱਬੇਵਾਲ ਵੀ ਜਾ ਕੇ ਆਇਆ, ਤੁਸੀਂ ਸੱਚ ਮੰਨਿਓ 3 ਇਲਾਕੇ ਆ ਗਏ, ਮਾਝਾ ਵੀ ਆ ਗਿਆ, ਦੁਆਬਾ ਵੀ ਆ ਗਿਆ ਅਤੇ ਮਾਲਵਾ ਵੀ, ਅਤੇ ਝਾੜੂ ਇੱਕੋ ਹੀ ਹੈ ਜਿਹੜਾ ਸਫਾਈ ਕਰਦਾ ਉਹ ਕਰੂਗਾ ਸਫਾਈ। ਹੁਣ ਤੁਹਾਡਾ ਮਨ ਤਾਂ ਮੈਂ 2-3 ਜਦੋਂ ਪਹਿਲਾਂ ਆਇਆ ਸੀ, ਪਰਸੋਂ ਵੀ ਆਇਆ ਸੀ, ਮੈਂ ਤਾਂ ਤੁਹਾਡਾ ਦਿਲ ਤਾਂ ਮੈਂ ਉਦੋਂ ਹੀ ਦੇਖ ਲਿਆ ਸੀ, ਮੈਂ ਕਿਹਾ ਵੀ ਤੁਹਾਡੀ ਬੱਦਲਬਾਜੀ ਤਾਂ ਕੁਛ ਹੋਰ ਹੀ ਕਹੀ ਜਾਂਦੀ ਹੈ ਤਾਂ, ਹਾਂ, ਕਿਉਂਕਿ ਉਹਨਾਂ ਨੇ ਧੋਖਾ ਕੀਤਾ। ਜਿਸ ਤਰ੍ਹਾਂ ਡਿੰਪੀ ਨੇ ਕਿਹਾ ਇੱਕ ਪਾਸੇ 28 ਸਾਲ ਅਤੇ ਇੱਧਰੋਂ ਇਹ ਕਿੰਨੇ ਮੰਗਦਾ 28 ਸਾਲ, ਅਤੇ 28 ਸਾਲਾਂ 'ਤੇ ਜੇ 28 ਸਾਲ ਭਾਰੂ ਨਾ ਪਵੇ ਅਸੀਂ ਜ਼ਿੰਮੇਵਾਰ ਹਾਂ, ਅਸੀਂ ਇਹ ਜ਼ਿੰਮੇਵਾਰ। ਸੋ ਵੀਰੋ ਇਹ ਤੁਹਾਡੇ ਤੋਂ ਬਾਹਰ ਜਿੰਨੇ ਤੁਸੀਂ ਹੋ ਅਤੇ ਬਾਹਰ ਅਜੇ ਆਉਂਦੇ ਨੇ ਇੱਧਰ ਨੂੰ ਪਿੱਛੇ, ਕਿਉਂਕਿ ਜਗ੍ਹਾ ਇੰਨੀ ਹੁਣ ਕਿੱਥੋਂ ਲਿਆਈਏ, ਪਰ ਜਿੰਨਾ ਵੀ ਤੁਸੀਂ ਅਰੇਂਜਮੈਂਟ ਕੀਤਾ ਮੈਂ ਧੰਨਵਾਦ ਕਰਦਾ ਡਿੰਪੀ। ਮੈਂ ਤਾਂ ਇਹੀ ਕਹੂੰਗਾ, ਇਹ ਕਦੇ ਕਿਤੋਂ ਆ ਜਾਂਦੇ ਨੇ, ਕਦੇ ਕਿੱਧਰੋਂ ਆ ਜਾਂਦੇ ਨੇ, ਕਦੇ ਕਿੱਧਰਲੀ ਪਾਰਟੀ 'ਚੋਂ, ਕਦੇ ਕਿੱਧਰਲੀ ਪਾਰਟੀ 'ਚੋਂ ਆ ਜਾਂਦੇ ਨੇ, ਇਹਨਾਂ ਦਾ ਪੱਕਾ ਨਹੀਂ ਪਤਾ ਵੀਰੋ ਸਰਟੀਫਿਕੇਟਾਂ 'ਤੇ ਕੀ ਲਿਖਿਆ ਹੋਇਆ ਅਤੇ ਹੈਗੇ ਕੀ ਨੇ। ਇੱਕ ਜੰਗਲ ਦੇ ਵਿੱਚ ਖਰਗੋਸ਼ ਵਾਸਤੇ ਕੋਈ ਨੌਕਰੀ ਨਿਕਲੀ, ਪਰ ਰਿੱਛ ਨੇ ਜੁਗਾੜ ਜਿਹਾ ਲਾ ਲਿਆ, ਉਹ ਕਹਿੰਦਾ ਯਾਰ ਮੈਂ ਬੇਰੁਜ਼ਗਾਰ ਹਾਂ, ਇਹ ਨੌਕਰੀ ਮੈਨੂੰ ਦੇ ਦਿਓ, ਉਹ ਕਹਿੰਦੇ ਤਾਂ ਖਰਗੋਸ਼ ਵਾਸਤੇ ਹੈ, ਉਹ ਕਹਿੰਦਾ ਮੇਰੇ ਵਾਲੇ ਸਰਟੀਫਿਕੇਟ 'ਤੇ ਖਰਗੋਸ਼ ਲਿਖ ਦਿਓ ਯਾਰ, ਇਹ 'ਚ ਕੀ ਫਰਕ ਪੈਂਦਾ। ਖਰਗੋਸ਼ ਲਿਖਾ ਲਿਆ, ਕਾਗਜ਼ ਪੂਰੇ ਕਰਾ ਲਏ ਅਤੇ ਖਰਗੋਸ਼ ਵਾਲੀ ਨੌਕਰੀ 'ਤੇ ਰਿੱਛ ਲੱਗ ਗਿਆ। ਹੁਣ ਰਿੱਛ ਤਾਂ ਲੱਗ ਗਿਆ, ਪਰ ਉਹਨੂੰ ਖਾਣਾ ਪੀਣਾ ਤਾਂ ਸਾਰਾ ਕਾਗਜ਼ਾਂ ਮੁਤਾਬਕ ਰਿੱਛ ਖਰਗੋਸ਼ ਵਾਲੀ ਮਿਲੂਗਾ ਨਾ,
ਉਹ ਖਰਗੋਸ਼ ਵਾਲੇ ਉਹਨੂੰ ਭੁੰਨੇ ਹੋਏ ਦਾਣੇ ਜੇ ਦੇ ਦਿਆ ਕਰਨ, ਉਹ ਹੁਣ ਰਿੱਛ, ਉਹ ਬੜਾ ਮਹੀਨੇ ਕੁ ਬਾਅਦ ਕਹਿੰਦਾ ਬੜੇ ਤੰਗ ਹੋ ਗਏ ਯਾਰ, ਆਹ ਕੀ ਖਾਈ ਜਾਂਦੇ ਯਾਰ। ਕਹਿੰਦਾ ਮੈਨੂੰ ਕਹਿੰਦਾ ਰਿੱਛ ਆ ਯਾਰ, ਉਹ ਕਹਿੰਦਾ ਮੈਂ ਵੀ ਮੈਨੂੰ ਉਹ ਰਿੱਛ ਵਾਲੀ ਦਿਓ ਯਾਰ ਜਿਹੜੀ ਖੁਰਾਕ ਹੈ। ਉਹ ਕਹਿੰਦੇ ਨਾ ਕਾਗਜ਼ਾਂ 'ਚ ਭਾਈ ਬੋਲਦਾ ਤੂੰ ਖਰਗੋਸ਼ ਹੈ। ਉਹਨੂੰ ਕਿਤੋਂ ਪਤਾ ਲੱਗ ਗਿਆ ਵੀ ਜੰਗਲ 'ਚ ਪਰਲੇ ਪਾਸੇ ਕਿਤੇ ਇੱਕ ਰਿੱਛ ਵਾਲੀ ਨੌਕਰੀ 'ਤੇ ਖਰਗੋਸ਼ ਕੰਮ ਕਰੀ ਜਾਂਦਾ। ਉਹ ਕਹਿੰਦਾ ਆਪਾਂ ਉਹ ਨੌਕਰੀ ਲੈ ਦੇਖ ਲੈਂਦੇ ਆਪਾਂ। ਅਤੇ ਉਹਨੇ ਜੀ ਜੰਗਲ ਦੀ ਹਾਈ ਅਥਾਰਟੀ ਕੋਲ ਸ਼ਿਕਾਇਤ ਕਰਤੀ ਵੀ ਉਹ ਮੇਰੇ ਨਾਲ ਬਦਲਾਈ ਜਾਵੇ ਨੌਕਰੀ। ਹਾਈ ਅਥਾਰਟੀ ਨੇ ਚਾਰ ਚੀਤਿਆਂ ਦੀ ਕਮੇਟੀ ਬਣਾਤੀ ਵੀ ਇਹਦਾ ਫੈਸਲਾ ਕਰੋ। ਉਹ ਰਿੱਛ ਨੂੰ ਬੁਲਾ ਲਿਆ, ਕਹਿੰਦੇ ਵੀ ਹਾਂ ਦੱਸੋ। ਕਹਿੰਦੇ ਤੁਸੀਂ ਦੇਖ ਲਓ ਜੀ, ਆਪ ਦੇਖ ਲਓ ਵੀ ਮੈਂ ਰਿੱਛ ਹਾਂ, ਦੇਖ ਲਓ, ਪਰ ਮੈਨੂੰ ਖਰਗੋਸ਼ ਵਾਲੀ ਟ੍ਰੀਟਮੈਂਟ ਮਿਲ ਰਹੀ ਹੈ, ਮੈਨੂੰ ਜਿਹੜਾ ਰਿੱਛ ਦੇ ਹਿਸਾਬ ਨਾਲ ਮੈਨੂੰ ਮੇਰੇ ਨਾਲ ਟ੍ਰੀਟਮੈਂਟ ਕੀਤੀ ਜਾਵੇ। ਉਹ ਕਹਿੰਦੇ ਸਰਟੀਫਿਕੇਟ ਦਿਖਾ, ਸਰਟੀਫਿਕੇਟ ਦੇ, ਕਹਿੰਦੇ ਲੈ ਖਰਗੋਸ਼ ਹੈ ਤੂੰ ਤਾਂ, ਇਹ ਨਹੀਂ ਹੋ ਸਕਦਾ। ਆ ਗਿਆ ਮੁੜੇ ਆਇਆ ਉੱਥੋਂ, ਬਾਹਰ ਜਾਨਵਰ ਖੜੇ ਸੀ, ਕਹਿੰਦੇ ਕੀ ਬਣਿਆ? ਕਹਿੰਦਾ ਗੱਲ ਬਣੀ ਨਹੀਂ। ਉਹ ਕਹਿੰਦੇ ਤੂੰ ਅੜਿਆ ਕਿਉਂ ਨਹੀਂ ਯਾਰ, ਤੂੰ ਅੜਦਾ ਵੀ ਮੈਂ ਰਿੱਛ ਹਾਂ, ਤੂੰ ਆਪਦੇ ਹੱਕਾਂ ਵਾਸਤੇ ਅੜਦਾ ਤੂੰ ਵੀ ਯਾਰ ਮੈਂ ਰਿੱਛ ਹਾਂ, ਵੀ ਮੈਨੂੰ ਰਿੱਛ ਦੇ ਹਿਸਾਬ ਨਾਲ ਮੇਰੀ ਟ੍ਰੀਟਮੈਂਟ ਕਰੋ। ਤੂੰ ਚੀਤਿਆਂ ਕੋਲ ਅੜਿਆ ਕਿਉਂ ਨਹੀਂ? ਉਹ ਕਹਿੰਦਾ ਕਿਵੇਂ ਅੜਦਾ, ਉਹ ਕਿਹੜਾ ਚੀਤੇ ਨੂੰ ਗਧਿਆਂ ਵਾਲੇ ਸਰਟੀਫਿਕੇਟਾਂ 'ਤੇ ਬੈਠੇ ਨੇ, ਕੋਈ ਪਤਾ ਨਹੀਂ ਕਿਹੜਾ ਕਿਹੜਾ ਸਰਟੀਫਿਕੇਟ ਲਈ ਫਾਇਦਾ ਇੱਥੇ, ਠੀਕ ਹੈ ਨਾ? ਉਹ ਚੀਤਿਆਂ ਸਰਟੀਫਿਕੇਟ ਚੱਕੀ ਫਿਰਦੇ ਸੀ, ਉੱਥੇ ਕੋਈ ਹੋਰ ਹੀ ਚੀਜ਼। ਸੋ ਵੀਰੋ, ਇਹਨਾਂ ਦੇ ਸਰਟੀਫਿਕੇਟ ਜਾਲੀ ਨੇ, ਇਹਨਾਂ ਨੂੰ ਕੋਈ ਪਤਾ ਨਹੀਂ ਇਹਨਾਂ ਦਾ ਵੀ ਕੀ ਕਿੱਧਰੋਂ ਕਿੱਧਰ ਫਿਰਨਾ। ਇਹਨਾਂ ਨੇ ਅਸਲੀ ਜਿਹੜੇ ਸਰਟੀਫਿਕੇਟ ਨੇ ਉਹ ਲੋਕਾਂ ਦੇ ਪਿਆਰ ਦੇ ਸਰਟੀਫਿਕੇਟ ਨੇ ਜਿਹੜੇ ਤੁਸੀਂ ਹੁਣ ਦੇਣ ਲੱਗੇ, ਉਹਨਾਂ 'ਤੇ ਕੋਈ ਕਾਟਾ ਨਹੀਂ ਵੱਜਦਾ ਅਤੇ ਨਾ ਹੀ ਉਹ ਜਾਲੀ ਬਣਨ ਜਿਹੜੇ ਤੁਸੀਂ ਹੁਣ 20 ਤਰੀਕ ਨੂੰ ਜਿਹੜੇ ਸਰਟੀਫਿਕੇਟ ਤੁਸੀਂ ਦਵਾਓਗੇ ਨਾ ਡਿੰਪੀ ਹੋਰਾਂ ਨੂੰ, ਉਹ ਅਸਲੀ ਸਰਟੀਫਿਕੇਟ ਹੋਊਗਾ। ਉਸ ਸਰਟੀਫਿਕੇਟ 'ਤੇ ਤੁਹਾਡੇ ਗਿੱਦੜਵਾਹੇ ਦੇ ਵਿਕਾਸ ਦਾ ਨਾਂ ਲਿਖਿਆ ਹੋਊਗਾ, ਵਿਕਾਸ ਦਾ ਨਾਮ ਲਿਖਿਆ ਹੋਊਗਾ ਉਹ ਸਰਟੀਫਿਕੇਟ। ਸੋ ਮੈਂ ਇਹੀ ਕਹਿਣ ਆਇਆ, ਅਰਵਿੰਦ ਕੇਜਰੀਵਾਲ ਜੀ ਨੇ ਦਿੱਲੀ ਦੇ ਵਿੱਚ ਜੋ ਕੰਮ ਕੀਤੇ, ਅੱਜ ਦਿੱਲੀ ਦੇ ਹਸਪਤਾਲਾਂ ਨੂੰ, ਅੱਜ ਦਿੱਲੀ ਦੇ ਸਕੂਲਾਂ ਨੂੰ ਦੁਨੀਆ ਦੇ ਵੱਡੇ ਵੱਡੇ ਬੰਦੇ ਦੇਖਣ ਆਉਂਦੇ ਆ ਵੀ ਅਸੀਂ ਦੇਖਣਾ ਚਾਹੁੰਦੇ ਹਾਂ ਵੀ ਇਹ ਕਿਵੇਂ ਬਣਾਇਆ, ਕੀ ਮਹੱਲਾ ਕਲੀਨਿਕ ਕਿਵੇਂ ਬਣਾਏ ਨੇ, ਸਕੂਲ ਕਿਵੇਂ ਬਣਾਏ ਨੇ, ਗਰੀਬਾਂ ਦੇ ਬੱਚੇ ਪੜ੍ਹ ਕੇ IIT ਦੇ ਟੈਸਟ ਕਲੀਅਰ ਕਰਦੇ ਆ। ਆਪਣੇ ਵੀ ਇਹੀ ਕੰਮ ਹੈ, ਆਪਣੇ ਵੀ 2.5 ਸਾਲ ਜਿੰਨਾ 'ਚ ਆਪਾਂ ਕਰਤਾ, ਮਹੱਲਾ ਕਲੀਨਿਕ ਬਣਾ ਲਏ, 829 860 ਹੋ ਗਏ ਹੁਣ ਤਾਂ, ਸਕੂਲ ਬਣੀ ਜਾਂਦੇ ਆ ਅਤੇ ਨਾਲ ਬਿਜਲੀ ਫ੍ਰੀ ਹੈ, ਪਾਣੀ ਆਪਾਂ ਨੂੰ ਨਹਿਰੀ ਮਿਲਣ ਲੱਗ ਗਿਆ, ਖੇਤਾਂ ਵਾਲੀ ਬਿਜਲੀ ਜਿਹੜੀ ਹੈ ਉਹ ਆਮ ਆਉਂਦੀ ਹੈ। ਅੱਜ ਮੇਰੇ ਵੀਰੋ, ਜਦੋਂ ਸਵੇਰੇ ਚੰਡੀਗੜ੍ਹ ਪਹੁੰਚੇ ਕੇਜਰੀਵਾਲ ਸਾਹਿਬ, ਅੱਜ ਇਹਨਾਂ ਨੂੰ ਉੱਥੇ ਲੈ ਕੇ ਗਏ ਸੀ, 1706 ਕਾਂਸਟੇਬਲ ਅਤੇ ਸਬ ਇੰਸਪੈਕਟਰ ਨੌਜਵਾਨ ਮੁੰਡੇ ਕੁੜੀਆਂ ਅੱਜ ਵੀ ਭਰਤੀ ਕਰਕੇ ਆਏ ਹਾਂ ਪੰਜਾਬ ਪੁਲਿਸ 'ਚ। ਹੁਣ ਤੱਕ 48,000 ਤੋਂ ਵੱਧ ਨੌਕਰੀਆਂ ਦਿੱਤੀਆਂ, 1 ਰੁਪਈਆ ਵੀ ਕਦੇ ਕਿਸੇ ਦਾ ਲੱਗਿਆ ਹੋਵੇ, 1 ਰੁਪਈਆ ਕਿਸੇ ਦਾ ਲੱਗਿਆ ਹੋਵੇ ਵੀ ਯਾਰ ਸਾਡੇ ਕੌਣੀ ਬੈਠਾ, ਸੁਖਜਿੰਦਰ ਕੌਣੀ ਬੈਠਾ, ਕੌਣੀ ਪਿੰਡ ਦੇ 16 ਇਕੱਲੇ ਕੌਣੀ ਪਿੰਡ ਦੇ 16, ਔਰ ਮੈਨੂੰ ਡਿੰਪੀ ਨੇ ਦੱਸਿਆ ਗਿੱਦੜਵਾਹੇ ਦੇ 110 ਮੁੰਡੇ ਕੁੜੀਆਂ ਨੂੰ ਨੌਕਰੀ ਮਿਲੀ ਹੈ ਜੀ, 1 ਰੁਪਈਆ ਨਹੀਂ ਕਦੇ ਕਿਸੇ ਤੋਂ ਵੀ ਕਿਸੇ ਸਿਫਾਰਿਸ਼ ਲਾਉਣੀ ਪਏ। ਜਦੋਂ ਨੀਅਤ ਸਾਫ਼ ਹੋਵੇ ਫਿਰ ਸਾਰਾ ਕੁਛ ਹੋ ਜਾਂਦਾ। ਲੱਖਾਂ ਨੌਕਰੀਆਂ ਹਜੇ ਪ੍ਰਾਈਵੇਟ ਸੈਕਟਰ 'ਚ ਆਉਣਗੀਆਂ। ਅਸੀਂ ਪੰਜਾਬ ਦੇ ਨੌਜਵਾਨਾਂ ਦੇ ਹੱਥੋਂ ਟੀਕੇ ਖੋ ਕੇ ਟਿਫਨ ਫੜਾਉਣੇ ਚਾਹੁੰਦੇ ਹਾਂ, ਕਿਉਂ ਜਾਈਏ ਬਾਹਰਲੇ ਮੁਲਕਾਂ ਨੂੰ? ਸਾਡੀ ਝੋਟੇ ਦੇ ਸਿਰ ਵਰਗੀ ਧਰਤੀ ਹੈ, ਸਾਡੀ ਕੌਮ ਮਿਹਨਤੀ ਹੈ, ਸਾਡੀ ਸਾਨੂੰ ਗੁਰੂਆਂ ਦਾ ਆਸ਼ੀਰਵਾਦ। ਅੱਜ ਵੀਰੋ, ਅੱਜ ਸ਼ਹੀਦ ਕਰਤਾਰ ਸਿੰਘ ਸਰਾਭੇ ਦਾ ਸ਼ਹੀਦੀ ਦਿਨ ਹੈ। ਉਹਨਾਂ ਨੇ 19 ਸਾਲ ਦੀ ਉਮਰ 'ਚ ਫਾਂਸੀਆਂ ਚੁੰਮੀਆਂ ਸੀ, ਉਹ ਇਸ ਕਰਕੇ ਨਹੀਂ ਚੁੰਮੀਆਂ ਸੀ ਵੀ ਲੁਟੇਰਿਆਂ ਨੂੰ ਵੋਟਾਂ ਪਾਈ ਜਾਇਓ, ਵੀ ਇਹ ਲੁੱਟੀ ਜਾਣਗੇ, ਵੀ ਗੋਰੇ ਨਿਕਲ ਜਾਣਗੇ, ਇਹ ਆ ਜਾਣਗੇ।
ਅੱਜ ਉਹਨਾਂ ਦੀ ਆਤਮਾ ਨੂੰ ਸ਼ਾਂਤੀ ਉਦੋਂ ਮਿਲੂਗੀ ਚੰਗੇ ਬੰਦਿਆਂ ਨੂੰ ਜਿਹੜੇ ਤੁਹਾਡੇ ਅਸਲੀ ਆਜ਼ਾਦੀ ਜਿਹੜੀ ਉਹ ਸੁਪਨੇ ਸ਼ਹੀਦਾਂ ਨੇ ਸਜੋਏ ਸੀ ਉਹ ਆਜ਼ਾਦੀ ਜਿਹੜੀ ਹੈ ਉਹ ਆਪਾਂ ਘਰ ਘਰ ਪਹੁੰਚਾਉਣੀ ਹੈ। ਮੈਂ ਦੁਬਾਰੇ ਫਿਰ ਅੱਜ ਦਾ ਪਏ ਨੇ ਦਿਨ ਅਤੇ ਮੈਂ ਫਿਰ ਦੁਬਾਰੇ ਤੁਹਾਡੇ ਕੋਲ ਜਦੋਂ ਬੁਲਾਉਂਗੇ ਮੈਂ ਤਾਂ ਆ ਜਾਊਂਗਾ। ਮੈਨੂੰ ਕੋਈ ਕਿਉਂਕਿ ਮੇਰੇ ਲਈ ਇਹ ਗਿੱਦੜਵਾਹ ਨਵਾਂ ਨਹੀਂ ਹੈਗਾ, ਮੈਂ ਤਾਂ ਸਾਰੇ ਪਿੰਡ ਵੀ ਇਕੱਲੇ ਇਕੱਲੇ ਪਿੰਡ ਨੂੰ ਜਾਣਦਾ, ਸੱਥਾਂ ਜਾਣਦਾ, ਆਪਾਂ ਸਾਰੇ ਪਿੰਡਾਂ ਵਾਲੇ ਹਾਂ। ਸੋ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਬਹੁਤ ਬਹੁਤ ਇਸ ਗੱਲ ਦੀ ਵਧਾਈ ਕਿ ਤੁਸੀਂ ਅੱਜ ਆਹ ਇਕੱਠ ਕਰਕੇ ਉੱਧਰੋਂ ਤਾਂ ਬੜਿੰਗ ਤੜਿੰਗ ਹੋ ਗਿਆ ਕੰਮ, ਫਿਰ ਉਹ ਤਾਂ ਨਹੀਂ ਸੌਂਦੇ ਅੱਜ ਅਤੇ ਨਿਬੜ ਗਿਆ ਕੰਮ ਹੁਣ, ਕਿਉਂਕਿ ਨੰਦਾਂ ਵਾਲੀ ਸਿੱਖਿਆ ਨਹੀਂ ਕੰਮ ਕਰਦੀ ਹੁੰਦੀ। ਪਹਿਲਾਂ ਨਾ ਜ਼ਮਾਨਾ ਹੁੰਦਾ ਸੀਗਾ ਆਨੰਦ ਕਾਰਜਾਂ 'ਤੇ ਕੁੜੀ ਨੂੰ ਸਿੱਖਿਆ ਦੇਣ ਲੱਗ ਜਾਂਦੇ ਸੀ ਵੀ ਸਹੁਰੇ ਨੂੰ ਬਾਪ ਸਮਝੀ, ਸੱਸ ਦੇ ਮਾਂ ਸਮਝ ਕੇ ਪੈਰੀਂ ਹੱਥ ਲਾਈ ਭੈਣੇ। ਇਹਦੇ ਨਾਲ ਸਿਆਣੇ ਕਹਿੰਦੇ ਇਹਦੇ ਨਾਲ ਕੁੜੀ ਦਾ ਸੁਭਾਅ ਨਹੀਂ ਬਦਲਦਾ ਇਹ ਸਿੱਖਿਆ ਨਾਲ, ਜੇ ਉਹਨੇ ਸੱਸ ਦੀ ਗੁੱਤ ਪੱਟਣੀ ਹੋਈ ਜਾਣ ਸਾਰ ਉਹਨੇ ਗੋਤਨੀ ਨੂੰ ਹੱਥ ਪਾਉਣਾ ਹੀ ਪਾਉਣਾ ਹੈ। ਅੱਜ ਸੇ 2.5 ਸਾਲ ਪਹਿਲੇ ਆਪ ਲੋਕੋ ਨੇ ਇਤਿਹਾਸਿਕ ਬਹੁਮਤ ਦੇ ਕੇ 117 ਮੇ ਸੇ 92 ਸੀਟ ਦੀ ਥੀ। ਆਜ਼ਾਦੀ ਕੇ 75 ਸਾਲ ਮੇ ਕਭੀ ਪੰਜਾਬ ਕੇ ਅੰਦਰ ਇਤਿਹਾਸ ਮੇ ਇਤਨਾ ਭਾਰੀ ਬਹੁਮਤ ਆਜ ਤੱਕ ਕਭੀ ਕਿਸੀ ਪਾਰਟੀ ਕੋ ਕਿਸੀ ਨੇਤਾ ਕੋ ਨਹੀਂ ਮਿਲਾ। ਜ਼ਾਹਿਰ ਤੌਰ ਪੇ ਜਬ ਆਪਨੇ ਇਤਨਾ ਬੜਾ ਬਹੁਮਤ ਦਿਆ ਥਾ, 117 ਮੇ ਸੇ 92 ਸੀਟ ਦੀ ਥੀ, ਤੋ ਇਸਕਾ ਮਤਲਬ ਆਪ ਉਨ ਦੋਨੋ ਪਾਰਟੀਓ ਸੇ ਬਹੁਤ ਜ਼ਿਆਦਾ ਨਾਰਾਜ਼ ਥੇ ਔਰ ਆਪਕੋ ਬੜੀ ਉਮੀਦ ਥੀ ਕਿ ਆਮ ਆਦਮੀ ਪਾਰਟੀ ਆਏਗੀ ਔਰ ਹਮਾਰੇ ਸਪਨੇ ਪੂਰੇ ਕਰੇਗੀ। ਪਿਛਲੇ 2.5 ਸਾਲ ਸੇ 24 ਘੰਟੇ ਰਾਤ ਦਿਨ ਹਮ ਲੋਕ ਮਿਹਨਤ ਕਰ ਰਹੇ ਹੈ ਆਪ ਲੋਕੋ ਕੇ ਲੀਏ, ਪੰਜਾਬ ਕੇ ਲੋਕੋ ਕੇ ਲੀਏ। ਸਬਸੇ ਬੜਾ ਵਾਅਦਾ ਹਮਨੇ ਕੀਆ ਥਾ ਜਬ ਹਮ ਚੁਣਾਵ ਮੇ ਘੁਮਾ ਕਰਤੇ ਥੇ, ਜਹਾਂ ਵੀ ਜਾਤੇ ਥੇ ਲੋਕ ਆਪਣੇ ਬਿਜਲੀ ਕੇ ਬਿੱਲ ਲੈ ਕੇ ਬੈਠ ਜਾਤੇ ਥੇ ਕਿ ਦੇਖੋ ਜੀ 10,000 ਕਾ ਬਿੱਲ ਆ ਗਿਆ, 15,000 ਕਾ ਬਿੱਲ ਆ ਗਿਆ, ਕਿਸੀ ਕੇ 1.5 ਲੱਖ ਬਕਾਇਆ, ਕਿਸੀ ਕੇ 2 ਲੱਖ ਬਕਾਇਆ, 70,000 ਬਕਾਇਆ। ਹਮਨੇ ਆਪਕੋ ਵਾਅਦਾ ਕੀਆ ਥਾ ਕਿ ਹਮਾਰੀ ਸਰਕਾਰ ਬਨੇਗੀ, ਆਪਕੇ ਪੁਰਾਣੇ ਸਾਰੇ ਬਿਜਲੀ ਕੇ ਬਿੱਲ ਮਾਫ ਕਰ ਦੇਂਗੇ ਔਰ ਆਪਕੀ ਬਿਜਲੀ ਮੁਫਤ ਕਰ ਦੇਂਗੇ। ਕਿਸ ਕਿਸ ਕਾ ਬਿਜਲੀ ਕਾ ਬਿੱਲ ਜ਼ੀਰੋ ਆਤਾ ਹੈ ਜਿਹੜਾ ਹੱਥ ਖੜੇ ਕਰਕੇ ਬਤਾ ਦੋ। ਸਭ ਕਾ ਬਿਜਲੀ ਕਾ ਬਿੱਲ ਜ਼ੀਰੋ ਆਤਾ ਹੈ, ਸਭ ਕਾ ਬਿਜਲੀ ਕਾ ਬਿੱਲ। ਇਹ ਚਮਤਕਾਰ ਹੈ, ਪੂਰੇ ਦੇਸ਼ ਕੇ ਅੰਦਰ ਕੇਵਲ ਦਿੱਲੀ ਔਰ ਪੰਜਾਬ ਕੇ ਲੋਕੋ ਕੇ ਬਿਜਲੀ ਕੇ ਬਿੱਲ ਜ਼ੀਰੋ ਆਤੇ ਹੈ। ਆਪ ਦੇਸ਼ ਮੇ ਕਿਸੀ ਰਾਜ੍ਯ ਮੇ ਚਲੇ ਜਾਓ, ਇਤਨੀ ਮਹਿੰਗੀ ਬਿਜਲੀ ਹੈ, ਇਤਨੀ ਮਹਿੰਗੀ ਬਿਜਲੀ ਹੈ, ਘਰ ਚਲਾਨੇ ਕੇ ਲੀਏ ਲੋਕੋ ਕੇ ਪਾਸ ਪੈਸੇ ਨਹੀਂ ਹੈ, ਸਾਰੇ ਪੈਸੇ ਕਮਾਈ ਜੋ ਹੈ ਵੋ ਬਿਜਲੀ ਕੇ ਬਿੱਲੋ ਮੇ ਚਲੀ ਜਾਤੀ ਹੈ। ਆਪਨੇ 2.5 ਸਾਲ ਪਹਿਲੇ ਜੋ ਨਿਰਣੇ ਲਿਆ ਥਾ, ਇਤਨਾ ਬੜਾ ਬਹੁਮਤ ਦਿਆ ਥਾ, ਉਸਕਾ ਫਾਇਦਾ ਹੁਆ ਆਪਕੋ। ਹਮਨੇ ਕਹਾ ਥਾ ਹਮ ਆਪਕੇ ਲੀਏ ਇਲਾਜ ਫ੍ਰੀ ਕਰ ਦੇਂਗੇ, ਪੂਰੇ ਪੰਜਾਬ ਮੇ ਜਗ੍ਹਾ ਜਗ੍ਹਾ ਮੁਹੱਲਾ ਕਲੀਨਿਕ, ਆਮ ਆਦਮੀ ਕਲੀਨਿਕ ਖੋਲ ਰਹੇ ਹੈ। ਅਗਰ ਆਪਕੇ ਵੀ ਘਰ ਕੇ ਪਾਸ ਆਮ ਆਦਮੀ ਕਲੀਨਿਕ ਹੈ, ਆਪ ਵਹਾਂ ਜਾਓ, ਸਾਰਾ ਇਲਾਜ ਮੁਫਤ, ਸਾਰੇ ਟੈਸਟ ਮੁਫਤ, ਸਾਰੀ ਦਵਾਈਆਂ ਮੁਫਤ। ਅਬ ਪੂਰੇ ਪੰਜਾਬ ਮੇ ਜਿਤਨੇ ਸਿਵਲ ਹਸਪਤਾਲ ਹੈ, ਸਾਰੇ ਸਿਵਲ ਹਸਪਤਾਲੋਂ ਕਾ ਕਾਇਆ ਕਲਪ ਹੋ ਰਹਾ ਹੈ। ਡਾਕਟਰ ਬਲਬੀਰ ਯਹੀਂ ਬੈਠੇ ਹੋਏ, ਇਨਕੀ ਜ਼ਿੰਮੇਦਾਰੀ ਲਗਾਈ ਗਈ ਹੈ, ਸ਼ਾਨਦਾਰ ਬਣਾਏਂਗੇ ਸਾਰੇ ਸਿਵਲ ਹਸਪਤਾਲ ਔਰ ਉਸਮੇ ਵੀ ਸਾਰਾ ਇਲਾਜ ਮੁਫਤ ਕਰ ਰਹੇ ਹੈ ਆਪ ਲੋਕੋ ਕਾ, ਜੈਸੇ ਦਿੱਲੀ ਮੇ ਕੀਆ ਹੈ। ਭਗਵਾਨ ਨਾ ਕਰੇ ਆਪਕੇ ਘਰ ਮੇ ਕੋਈ ਬਿਮਾਰ ਹੋ, ਲੇਕਿਨ ਅਗਰ ਕੋਈ ਬਿਮਾਰ ਹੋਤਾ ਹੈ, ਆਪਕੋ ਚਿੰਤਾ ਕਰਨੇ ਕੀ ਜ਼ਰੂਰਤ ਨਹੀਂ ਹੈ। ਆਮ ਆਦਮੀ ਪਾਰਟੀ ਕੀ ਸਰਕਾਰ ਆਪਕਾ ਸਾਰਾ ਖਰਚਾ ਉਠਾਏਗੀ, ਚਾਹੇ ਦਵਾਈ ਕਾ ਖਰਚਾ ਹੋ, ਚਾਹੇ ਟੈਸਟ ਕਾ ਖਰਚਾ ਹੋ, ਆਪਰੇਸ਼ਨ ਕਾ ਖਰਚਾ ਹੋ, ਜੋ ਮਰਜ਼ੀ ਖਰਚਾ ਹੋ ਆਪ। ਮੇਰੇ ਕੋ ਬਤਾਇਆ ਗਿਆ ਯਹਾਂ ਕਾ ਸਿਵਲ ਹਸਪਤਾਲ ਕਾ ਵੀ ਬਹੁਤ ਬੁਰਾ ਹਾਲ ਹੈ,
इसको भी ठीक करेंगे, इसको शानदार बनाएंगे, उसके बाद आपको बड़े बड़े प्राइवेट अस्पतालों में जाने की जरूरत नहीं है, आपका सिविल अस्पताल इतना अच्छा बना देंगे कि अमीर आदमी भी अपना इलाज कराने के लिए सिविल अस्पताल में जाया करेगा। पूरे पंजाब के स्कूल शानदार बना रहे हैं सरकारी स्कूल। आज गरीब आदमी मजबूरी में अपने बच्चों को सरकारी स्कूल में भेजता है। पूरे पंजाब में बड़े बड़े नए स्कूल खोल रहे हैं और जितने मौजूदा सरकारी स्कूल हैं उनका भी कायाकल्प किया जा रहा है। जैसा मान साहब ने बताया, आज सवेरे 1700 कांस्टेबल को नई नौकरी देके हम लोग आ रहे हैं। अभी तक ढाई साल में 48,000 बच्चों को हम सरकारी नौकरी दे चुके हैं। हमारी सरकार बनने के पहले बिना सिफारिश और बिना रिश्वत के सरकारी नौकरी मिलना असंभव होता था, किसी को नहीं मिलती थी बिना सिफारिश के। मेरे को याद है चुनाव के पहले एक स्कैंडल भी हुआ था, किसी मंत्री के रिश्तेदार को सरकारी नौकरी मिल गई थी पुलिस के अंदर और खूब हंगामा मचा था। आज 48,000 बच्चों को हमने नौकरी दी है। कोई बच्चा ये बता दे कि हम उसने किसी की सिफारिश ली थी या किसी को एक नया पैसा दिया था? कोई पैसा नहीं, कोई सिफारिश नहीं, मेरिट के आधार के ऊपर हर बच्चे को नौकरी मिल रही है। उसको कनाडा जाने की जरूरत नहीं है, पंजाब के अंदर उसको नौकरी देंगे, आपके सपनों को पूरा करेंगे। जब पहले मैं पंजाब में आता था, बच्चे टंकियों पे चढ़े रहते थे, कहते थे नौकरी पक्की कर दो ना। अब कोई बच्चा आपको टंकी पे चढ़ा हुआ नहीं मिलेगा, सारे बच्चे आपको काम करते हुए मिलेंगे। कई बच्चों को पक्का कर दिया और बाकी जो बच्चे हैं उनको भी पक्का करने की तैयारी सरकार कर रही है। तो दोस्तों, बहुत सारे काम किए लेकिन आपका गिदड़बा रह गया। क्यों? यहां से पूरे पंजाब से 117 में से 92 सीट दे के लोगों ने भेजा, लेकिन गिदड़बा वालों ने उनकी पार्टी वालों को चुन लिया। वो लड़ता तो बहुत अच्छा है लेकिन लड़ ही सकता है, वो काम तो कर नहीं सकता, क्योंकि सरकार तो आम आदमी पार्टी की सरकार है। तो जिसकी सरकार है उसी का एमएलए चुनोगे तो आपके काम होंगे, दूसरी पार्टी का एमएलए चुनोगे तो वो तो लड़ेगा ही, पूरे 5 साल लड़ाई में निकाल देगा। हो सकता है विधानसभा में भी खूब लड़ाई करे, हो सकता है मान साहब के खिलाफ भी खूब लड़ाई करे, मंत्रियों के काम नहीं होंगे। अगर आपका एमएलए आम आदमी पार्टी का एमएलए होगा तो काम होंगे आपके सारे। ਤਾਂ ਫਿਲਹਾਲ ਇਸ ਰਿਪੋਰਟ ਦੇ ਵਿੱਚ ਇੰਨਾ ਹੀ, ਫਿਰ ਹਾਜ਼ਰ ਹੋਵਾਂਗੇ। ਤਦ ਤੱਕ ਲਈ ਦਿਓ ਇਜਾਜ਼ਤ ਤੇ ਵੇਖਦੇ ਰਹੋ ਟੀਵੀ ਪੰਜਾਬ।